ਲੇਕਿਨ ਜਿਹੜਾ ਸਾਡਾ ਇੱਥੋਂ ਦਾ ਪ੍ਰਸ਼ਾਸਨ ਹੈ ਜੋ ਲੀਡਰ ਹੈ ਇਹ ਗੁਣ ਨਹੀਂ ਹੋਣ ਦਿੰਦੇਗੇ। ਤੁਹਾਨੂੰ ਜਾਇਜ਼ ਕਿ ਵੀ ਜੀ ਹੈ ਟ੍ਰੈਫਿਕ ਦੀ ਸਮੱਸਿਆ ਨਹੀਂ ਹੈ ਕਿ ਐਮਰਜੈਂਸੀ ਪੈ ਜੇ ਤਾਂ ਕੋਈ ਸਰਕਾਰ ਦੇ ਦੋਨੇ ਬਾਦਲ ਸਾਹਿਬ ਆਏ ਸੀ ਸੰਗਤ ਦਰਸ਼ਨ ਕੀਤੇ ਸੀ ਨਰਾਇਣਗੜ੍ਹ ਦੇ ਵਿੱਚ। ਨਰਾਇਣਗੜ੍ਹ ਦੇ ਵਿੱਚ ਅਸੀਂ ਸਾਰਿਆਂ ਨੇ ਮਸਲਾ ਉਠਾਇਆ ਸੀਗਾ ਵੀ ਸਾਨੂੰ ਬਹੁਤ ਦਿੱਕਤ ਹੁੰਦੀ ਹੈ ਟ੍ਰੈਫਿਕ ਹੈ ਰਹਿੰਦਾ ਅਤੇ ਇਹਦੀ ਸਮੱਸਿਆ ਹੱਲ ਕੀਤੀ ਜਾਵੇ। ਪੁੱਲ ਮਨਜ਼ੂਰ ਬਾਦਲ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਆਏ ਸੀਗੇ ਉਹਨਾਂ ਨੇ ਮਨਜ਼ੂਰ ਕਰਤਾ ਸੀਗਾ। ਉਸ ਤੋਂ ਬਾਅਦ ਬਰਨਾਲਾ ਦਾ ਬਰਨਾਲਾ ਸੀ ਹੈ ਕੋਈ ਸੁਣਵਾਈ ਨਹੀਂ ਹੁੰਦੀ ਕਿ ਕਿਉਂ ਰੋਜ਼ ਦਾ ਇਹਨਾਂ ਦਾ ਹੈਗਾ। ਅਸੀਂ ਮਿੱਤਲ ਸਿੰਘ ਨਾਲ ਵੀ ਗੱਲ ਕੀਤੀ, ਮਾਣਯੋਗ ਹਾਈ ਕੋਰਟ ਦੇ ਅਤੇ ਸੁਪਰੀਮ ਕੋਰਟ ਦੇ ਵੀ ਆਰਡਰ ਆ ਚੁੱਕੇ ਹੈ ਅਤੇ ਸਾਡੇ ਸ਼ਾਮ ਲਾਲ ਜੀ ਹੈ ਗੋਇਲ ਜੁਮਰ ਕੋਰਟ ਦੇ ਮੈਂਬਰ ਉਹਨਾਂ ਨੇ ਵੀ ਬਥੇਰੇ ਲਿਖ ਕੇ ਭੇਜਿਆ ਲੇਕਿਨ ਪ੍ਰਸ਼ਾਸਨ ਦਾ ਤੀਜੇ ਚੌਥੇ ਦਿਨ ਮਨੈਦੀ ਕਰਾ ਦਿੰਦੇ ਵੀ ਆਪਦੀ ਨਜਾਇਜ਼ ਕਬਜ਼ੇ ਹਟਾਓ ਲੇਕਿਨ ਉਹ ਬਰਨਾਲਾ ਉੱਥੇ ਦੇ ਉੱਥੇ ਕੋਈ ਸੁਣਵਾਈ ਨਹੀਂ ਕੁਛ ਨਹੀਂ। ਕੀ ਇਹ ਪੁੱਲ ਕਿਉਂ ਨਹੀਂ ਬਣ ਰਿਹਾ, ਕੀ ਕਾਰਨ ਹੈ? ਬਸ ਕਮੀ ਹੈ ਜੀ। ਦੇਖੋ ਪੁੱਲ ਮਨਜ਼ੂਰ ਹੋਇਆ ਪੰਜਾਬ ਸਰਕਾਰ ਦੀ ਹੈ ਵੀ ਜੋ ਉਹਨਾਂ ਨੇ ਆਖਿਆ ਵੀ ਇੱਥੋਂ ਤਿੱਕਰ ਚੱਕਣਾ ਕਿਉਂ ਜਿਹੜੇ ਸਾਡੇ ਇੱਥੋਂ ਦੇ ਹੈਗੇ ਹੈ ਵੀ ਉਹ ਜਾ ਕੇ ਕਹਿ ਆਉਂਦੇ ਹੈ ਵੀ ਭਾਈ ਇਹ ਸਾਡੀਆਂ ਅੱਗੇ ਦੁਕਾਨਾਂ ਨਾ ਡਾਓ ਅਸੀਂ ਇੱਥੇ ਰੱਖਣੀਆਂ। ਨਹੀਂ ਕੀ ਤੁਹਾਨੂੰ ਕੀ ਲੱਗਦਾ ਕਿ ਨਜਾਇਜ਼ ਕਬਜ਼ਿਆਂ ਕਰਕੇ ਨਹੀਂ ਇਹ ਪੁੱਲ ਬਣ ਰਿਹਾ? ਨਜਾਇਜ਼ ਕਬਜ਼ੇ ਹੈ ਜੀ, ਨਜਾਇਜ਼ ਕਬਜ਼ਿਆਂ ਕਰਕੇ ਟ੍ਰੈਫਿਕ ਦੀ ਸਮੱਸਿਆ ਹੈ।